ਫਾਜ਼ਿਲਕਾ ਦੀ ਨਵੀਂ ਨਾਜ ਮੰਡੀ ਦੇ ਵਿੱਚ ਅੱਜ ਮਾਰਕੀਟ ਕਮੇਟੀ ਵੱਲੋਂ ਕੀਤੀ ਗਈ ਪੌਦਾ ਰੋਪਣ ਮੁਹਿੰਮ ਦੀ ਸ਼ੁਰੂਆਤ। ਲਗਾਏ ਜਾਣਗੇ ਪੂਰੀ ਮੰਡੀ ਦੇ ਵਿੱਚ ਪੌਦੇ। ਫਾਜ਼ਿਲਕਾ ਦੇ ਵਿੱਚ ਅੱਜ ਮਾਰਕੀਟ ਕਮੇਟੀ ਵੱਲੋਂ ਪੌਦਾ ਰੋਪਣ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਫਲ ਅਤੇ ਫੁੱਲਦਾਰ ਪੌਦੇ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਕਰਮਚਾਰੀ ਰਾਜਕੁਮਾਰ ਦਾਵੜਾ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰੇਮ ਕੁਲਰੀਆ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਦੇ ਹੁਕਮਾਂ ਅਨੁਸਾਰ ਪੌਦਾ ਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਪੂਰੀ ਮੰਡੀ ਦੇ ਵਿੱਚ ਖਾਲੀ ਜਗ੍ਹਾ ਤੇ ਬੂਟੇ ਲਗਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਦੇ ਪੌਦਾ ਰੋਪਣ ਅਭਿਆਨ ਦੀ ਸ਼ੁਰੂਆਤ ਫਾਜ਼ਿਲਕਾ ਦੇ ਪ੍ਰਮੁੱਖ ਸਮਾਜ ਸੇਵੀ ਸਾਜਨ ਗੁਗਲਾਨੀ ਵੱਲੋਂ ਪੌਦਾ ਲਗਾ ਕੇ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੂਰੀ ਮੰਡੀ ਦੇ ਵਿੱਚ ਪੌਦਾ ਰੋਪਣ ਕੀਤਾ ਜਾਏਗਾ ਅਤੇ ਪੂਰੀ ਮੰਡੀ ਦੇ ਵਿੱਚ ਖਾਲੀ ਜਗ੍ਹਾ ਤੇ ਪੌਦੇ ਲਗਾਏ ਜਾਣਗੇ। ਉਹਨਾਂ ਨੇ ਲੋਕਾਂ ਨੂੰ ਇਸ ਅਭਿਆਨ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ। ਅਸੀਂ ਅੱਜ ਕੋਟਨਯਾਰਡ ਦੇ ਵਿੱਚ ਆਏ ਹਾਂ, ਮਾਰਕੀਟ ਕਮੇਟੀ ਦੇ ਕੋਟਨਯਾਰਡ ਹੈ ਜੀ, TMC ਕੋਟਨਯਾਰਡ ਹੈ। ਇੱਥੇ ਅਸੀਂ ਬੂਟੇ ਲਗਾ ਰਹੇ ਹਾਂ ਜੀ, ਮਾਨ ਜੋ ਕੱਤਰ ਸਾਹਿਬ ਦੇ ਹੁਕਮ ਅਨੁਸਾਰ, ਚੇਅਰਮੈਨ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਬੂਟੇ ਲਗਾ ਰਹੇ ਹਾਂ। ਅੱਜ ਅਸੀਂ ਅੰਬ ਦਾ ਬੂਟਾ ਲਗਾਇਆ, ਫਲ ਦੇ ਬੂਟੇ ਵੀ ਲਾਏ ਨੇ, ਹੋਰ ਵੀ ਕਈ ਤਰ੍ਹਾਂ ਦੇ ਬੂਟੇ ਜੋ ਕਿ ਅਸੀਂ ਇੱਥੇ ਲਗਾ ਰਹੇ ਹਾਂ। ਅੱਜ ਅਸੀਂ ਮਾਰਕੀਟ ਕਮੇਟੀ ਦੇ ਕੋਟਨਯਾਰਡ ਦੇ ਵਿੱਚ ਆਏ ਹਾਂ ਅਤੇ ਇੱਥੇ ਬੂਟੇ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਅੱਜ ਸਾਡੇ ਸਾਜਨ ਜੀ, ਜੋ ਕਿ ਸਰਦਕੇਸੀ ਦੇ ਪੱਤਰਕਾਰ ਭਾਈ ਸਾਹਿਬ ਨੇ, ਆਪਣੇ RB ਲਾਈਵ ਦੇ ਸਾਡੇ ਪੱਤਰਕਾਰ ਸਾਹਿਬ ਰੁਪੇਸ਼ ਬਾਂਸਲ ਜੀ, ਉਹਨਾਂ ਦੇ ਸਹਿਯੋਗ ਨਾਲ ਅਸੀਂ ਸ਼ੁਰੂਆਤ ਕੀਤੀ ਹੈ, ਜੋ ਕਿ ਫਲਦਾਰ ਬੂਟਾ ਅੰਬ ਦਾ ਬੂਟਾ ਲਗਾਇਆ ਗਿਆ ਅਤੇ ਉਹਨਾਂ ਨੇ ਇਸ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਅਤੇ ਅਸੀਂ ਉਮੀਦ ਕਰਦੇ ਹਾਂ ਅੱਗੇ ਵੀ ਸਾਡੇ ਸਾਥ ਦੇਣ। ਮੰਡੀ ਦੇ ਵਿੱਚ ਅਸੀਂ ਜਗ੍ਹਾ ਜਗ੍ਹਾ ਬੂਟੇ ਲਗਾ ਰਹੇ ਹਾਂ ਤਾਂ ਕਿ ਵਾਤਾਵਰਨ ਬਹੁਤ ਹੀ ਅੱਛਾ ਰਹੇ, ਸਾਫ਼ ਸੁਥਰਾ ਰਹੇ। ਮਾਨਯੋਗ ਸਕੱਤਰ ਸਾਹਿਬ, ਚੇਅਰਮੈਨ ਸਾਹਿਬ ਦੇ ਹੁਕਮਾਂ ਦੇ ਤਾਬ ਮੰਡੀ 'ਚ ਜਿੱਥੇ ਵੀ ਖਾਲੀ ਜਗ੍ਹਾ, ਜਿੱਥੇ ਵੀ ਪ੍ਰੋਪਰ ਜਗ੍ਹਾ ਹੈ, ਉੱਥੇ ਵੀ ਉਹ ਬੂਟਾ ਲਗਾਏ ਜਾਣਗੇ, ਉੱਥੇ ਦੇਖਭਾਲ ਕੀਤੀ ਜਾਏਗੀ। ਪਹਿਲਾਂ ਤਾਂ ਮਾਰਕੀਟ ਕਮੇਟੀ ਫਾਜ਼ਿਲਕਾ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਜਿਨ੍ਹਾਂ ਨੇ ਪਿਛਲੇ ਸਾਲ ਵੀ ਇੱਕ ਮੁਹਿੰਮ ਚਲਾਈ ਸੀ ਕਿ ਮੰਡੀ ਪਰਿਸਰ ਦੇ ਅੰਦਰ ਜਿੰਨੇ ਵੀ ਕਿ ਜਿਹੜੀ ਖਾਲੀ ਥਾਂ ਦੇ ਵਿੱਚ ਬੂਟੇ ਲਗਾਉਣ ਦੀ, ਤਾਂ ਜਿੰਨੇ ਬੂਟੇ ਪਿਛਲੇ ਸਾਲ ਲਗਾਏ ਸੀ, ਨੀਅਰ ਅਬਾਊਟ 95% ਬੂਟੇ ਜਿਹੜੇ ਕਿ ਸਾਰੇ ਚੱਲ ਗਏ ਨੇ। ਕੋਈ 2-4% ਕਿਸੇ ਵਜ੍ਹਾ ਕਰਕੇ ਨਹੀਂ ਚੱਲ ਸਕੇ, ਪਰ ਇਸ ਵਾਰ ਫਿਰ ਜਿਹੜਾ ਕਿ ਮਾਰਕੀਟ ਕਮੇਟੀ ਨੇ ਉਪਰਾਲਾ ਜਿਹੜਾ ਸ਼ੁਰੂ ਕੀਤਾ, ਕਿਉਂਕਿ ਸਾਵਣ ਦੇ ਮਹੀਨੇ ਦੇ ਵਿੱਚ ਹੁਣ ਬੂਟੇ ਜਿਹੜੇ ਵਧਣੇ ਨੇ, ਅਤੇ ਅੱਜ ਉਸ ਦੀ ਸ਼ੁਰੂਆਤ ਕਰਨ ਦੇ ਲਈ ਮੈਨੂੰ ਬੁਲਾਇਆ। ਮੈਂ ਧੰਨਵਾਦੀ ਹਾਂ ਮਾਰਕੀਟ ਕਮੇਟੀ ਦਾ, ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਣਾ ਕਿ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਜਿਹੜੀ ਕਿ ਮਾਰਕੀਟ ਕਮੇਟੀ ਨੂੰ ਮੇਰੇ ਪ੍ਰਤੀ ਹੋਏਗੀ ਜਾਂ ਮੇਰੇ ਕੋਲ ਹੋਏਗੀ, ਤਾਂ ਮੈਂ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਜਿਹੜੀ ਜ਼ਿੰਮੇਵਾਰੀ ਉਹ ਪੂਰੀ ਨਿਭਾਵਾਂਗਾ।